ਸੋ ਹੈਲੋ ਫੈਮਿਲੀ, ਕੀ ਹਾਲ ਚਾਲ ਤੁਹਾਡੇ? ਉੱਤੇ ਫਿਰ ਇੱਕ ਘੈਂਟ ਜਿਹਾ ਨਿਊ ਵਲੋਗ ਲੈ ਕੇ ਆਏ ਹਾਂ ਅਤੇ ਮੇਰਾ ਨਾਮ ਹੈ ਸਾਹਿਲ ਅਤੇ ਅੱਜ ਦਾ ਵਲੋਗ ਬਹੁਤ ਔਸਮ ਬਣਿਆ ਵਾ। ਨਿਊ ਜਿਮ ਓਪਨਿੰਗ ਸੀਗੀ, ਓਪਨਿੰਗ ਕਾਫੀ ਦੇਰ ਦੀ ਸੀਗੀ ਅਤੇ ਆਪਾਂ ਇੱਕ ਹਫ਼ਤੇ ਬਾਅਦ ਵਲੋਗ ਬਣਾ ਰਹੇ ਹਾਂ, ਪਰ ਜਿਮ ਪੂਰਾ ਦੇਖਣ ਆਉਣਾ, ਮਾਈਂਡ ਬਲੋਇੰਗ ਜਿਮ ਆ। ਅਤੇ ਨਾਲ ਆਪਣੇ ਸੀਗੇ ਉਹੀ ਜਿਹਨੂੰ ਪਿਆਰ ਨਾਲ ਕਾਲਾ ਕਹਿੰਦੇ ਆ ਅਤੇ ਆਪਣੇ ਜਿਮ ਵਾਲੇ ਭਾਅ ਜੀ ਆ, ਉਹਨਾਂ ਨੇ ਸਭ ਦੱਸਿਆ ਹੋਇਆ ਕਿ ਕਿੱਦਾਂ ਉਹਦੀ ਮੰਥ ਪੇਮੈਂਟ ਆ ਵਗੈਰਾ ਸਭ ਕੁਝ ਜਿਮ ਵਿੱਚ ਹੈਗਾ, ਕਿੰਨੀ ਤੁਸੀਂ ਕਦੋਂ ਲਾ ਸਕਦੇ ਹੋ, ਉਹਦੇ ਬਰੀਡ ਬੂਟ ਸਭ ਕੁਝ ਦੱਸਿਆ। ਲੋ ਨੂੰ ਪੂਰਾ ਦੇਖੋ, ਲਵ ਯੂ। Even when you feel low, you can still go. Even when you feel slow, you can still go. Even when there's no hope, you can still go. I never answer to no, man, I still go. Go, 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 yo, go, go, go. Hustle hard, hustle every single day. I'll be making moves till I'm buried in my grave. To the system, I don't wanna be a slave. I've been doing shit my way, or the highway. And in the driveway is a nice range. Cause I grind through the climb, I invite pain. You'll never hear me, bitch, nah, I don't complain. Just gotta flip the switch and you can go and obtain anything you want, anything you need. Your mind's got the key ingredient, it's belief. They deceive with the negativity, but I just slide right by that energy. Even when you feel low, you can still go. Even when you feel slow, you can still go. Even when there's no hope, you can still go. I never answer to no, man, I still go. So, ਹਾਂਜੀ ਬਾਬਿਓ, ਤੁਹਾਨੂੰ ਪੂਰਾ ਮਤਲਬ ਟੂਰ ਦੇਤਾ ਹੈ ਨਿਊ ਜਿਮ ਦਾ, ਕਾਫੀ ਔਸਮ ਬਣਿਆ। ਤੁਸੀਂ ਮੰਨ ਲਓ ਮਾਈਂਡ ਪੂਰਾ ਔਸਮ ਬਣਿਆ ਉਹਦਾ, ਅਤੇ ਪਿੱਛੇ ਵੀ ਹੈਗਾ ਆ ਵਾਲ ਪੇਪਰ ਲੱਗੇ ਤੁਸੀਂ ਦੇ ਸਕਦੇ। ਓਕੇ, ਇੱਕ ਵੱਡਾ ਹਲਕਾ ਜਿਹੜਾ ਅਵੈਂਜਰਸ ਦਾ ਆ ਮਾਰਵਲ ਵਗੈਰਾ, ਅਤੇ ਕਾਫੀ ਔਸਮ ਜਿਮ ਬਣੇ ਕਿਉਂਕਿ ਰੈਡ ਬੋਲਸ ਆ ਅਤੇ ਰੈਡ ਵਗੈਰਾ ਮਸ਼ੀਨ ਬਹੁਤ ਔਸਮ ਆ। ਜੇ ਤੁਸੀਂ ਲੱਗਣਾ ਚਾਹੁੰਦੇ ਹੋ ਤਾਂ ਦੱਸ ਦਿੰਦਾ ਮੈਂ ਕਿੱਥੇ, ਨਗਾਲੇ ਰੋਡ 'ਤੇ ਆ, ਲੁਧਿਆਣੇ ਦੇ ਵਿੱਚ ਹੀ ਆ। ਅਤੇ ਅਸੀਂ ਆਏ ਹਾਂ ਮਤਲਬ ਪੁਰਾਣੇ ਜਿਮ ਤੋਂ ਆਏ ਹਾਂ, ਨਿਊ ਜਿਮ ਹੀ ਖੁੱਲ੍ਹਿਆ ਸੀਗਾ, ਓਪਨਿੰਗ ਕਾਫੀ ਦੇਰ ਦੀ ਹੋ ਚੁੱਕੀ ਆ ਅਤੇ ਮੈਂ ਉਦੋਂ ਵੀ ਲੋਕ ਨਹੀਂ ਕੀਤਾ, ਉਦੋਂ ਟਾਈਮ ਨਹੀਂ ਸੀਗਾ ਅਤੇ ਹੁਣ ਫਾਈਨਲੀ ਕੀਤਾ ਆ। ਅਤੇ ਵਲੋਗ ਪੂਰਾ ਦੇਖਿਓ ਅਤੇ ਲਾਈਕ ਸਬਸਕ੍ਰਾਈਬ ਜੋ ਕਰਿਓ ਅਤੇ ਮਾੜੀ ਮੋਟੀ ਕੰਮ ਕਰਦੇ ਹਾਂ, ਧਿਆਨ ਦਿੰਦੇ ਹਾਂ ਪੂਰਾ ਟੋਰ ਦੇ ਚੁੱਕੇ ਹਾਂ। ਲਵ ਯੂ ਅਤੇ ਲਾਈਕ। ਅਤੇ ਨੈਟ ਜਿਹੜੇ ਸਾਡੇ ਭਾਈ ਆ ਅਤੇ ਉਹਨਾਂ ਪੂਰੀ ਗੱਲ ਕਰਾਉਂਦੇ ਹਾਂ ਕਿ ਵੀ ਕਿੱਥੇ ਹੈਗਾ, ਕਿੱਥੇ ਨਹੀਂ ਹੈਗਾ, ਕਿੰਨੀ ਫੀਸ ਆ, ਕਿੰਨੀ ਨਹੀਂ ਹੈਗੀ। ਅਤੇ ਚਲ ਵੈਸੇ ਸਾਡੇ ਪੋਸਟਰ ਵੀ ਪਿਆਰ ਨਾਲ, ਚਲੋ ਲੁਧਿਆਣੇ ਆ ਵੈਸੇ, ਟੂਰ ਤੁਹਾਨੂੰ ਦੇ ਦਿੱਤਾ, ਟੂਰ ਦੇ ਦਿੱਤਾ ਤੁਹਾਨੂੰ ਮੈਂ। ਹਾਂਜੀ ਵੀਰੋ, ਭਾਈ ਆਪਣਾ ਚੁੱਕੇ ਨੇ, ਹੋਰ ਭਾਈ ਕਿੰਨੇ ਚੁੱਕੇ ਨੇ। ਸੋ ਆਪਣੇ ਵੀਰਾਂ ਨੂੰ ਇਹ ਦੱਸੋ ਕਿ ਕਿੰਨੇ ਦਿਨ ਹੋ ਗਿਆ ਜਿਮ ਖੁੱਲ੍ਹਣ, ਮਹੀਨੇ ਆ ਜਿਮ ਖੁੱਲ੍ਹਣ ਹੋ ਗਿਆ ਆਪਣੇ ਦੋ ਹਫ਼ਤੇ। ਅਤੇ ਆਪਣੇ ਵੀਰਾਂ ਨੂੰ ਇਹ ਦੱਸੋ ਜੇ ਕਿਸੇ ਨੂੰ ਲੱਗਣਾ ਹੋਵੇ ਕਿਸ ਤਰ੍ਹਾਂ ਕੀ ਕਿੱਦਾਂ ਮਤਲਬ ਟੇਬਲ ਵਗੈਰਾ, ਜਿਮ ਦੀ ਫੀਸ 700 ਮਹੀਨਾ ਵਾ, ਅਗਰ ਆਪਾਂ 3 ਮਹੀਨੇ ਪੈਕ ਲੈਂਦੇ ਹਾਂ ਤਾਂ ਆਪਾਂ ਨੂੰ 1800 ਮਹੀਨਾ ਪੈਂਦਾ। ਅਤੇ ਹੋਰ ਵੀ ਬਹੁਤ ਪਲੈਨ ਨੇ, ਅਗਰ ਤੁਸੀਂ ਇੱਥੇ ਵਿਜਿਟ ਕਰੋਗੇ ਤਾਂ ਤੁਹਾਨੂੰ ਆਪਾਂ ਹੋਰ ਵੀ ਡਿਸਕਸ ਕਰਾਂਗੇ। ਅਤੇ ਲੋਕੇਸ਼ਨ ਦੱਸ ਦਿਓ ਵੀ ਕਿੱਥੇ ਆ, ਕਿ ਨਵਾਂ ਜਿਮ ਜਿਹੜਾ ਘੈਂਟਿਆ ਖੁੱਲ੍ਹਿਆ ਵਾ। ਅਤੇ ਜਿਮ ਆਪਣਾ ਸ਼ਿਵਪੁਰੀ ਨੂਰਾ ਰੋਡ 'ਤੇ ਖੁੱਲ੍ਹਿਆ ਵਾ, ਮੇਨ ਪੈਂਦਾ ਆਪਣਾ ਢਿੱਲੋਆ ਢਿੱਲੋਆ ਦਫ਼ਤਰ ਕੋਲ ਪੈਂਦਾ ਵਾ। ਅਤੇ ਤੁਸੀਂ ਵਿਜਿਟ ਕਰ ਸਕਦੇ ਹੋ, ਭਾਜੀ ਆਪਣਾ ਇੱਥੇ ਆਪਣੇ ਸਟੂਡੀਓ 'ਤੇ ਮਿਲਦਾ। ਅਤੇ ਆਪਣਾ ਜਿਹੜਾ ਇੱਕ ਪਹਿਲਾਂ ਵੀ ਜਿਮ ਸੀਗਾ ਉਹ ਵੀ ਦੱਸ ਦਿਓ, ਉਹ ਵੀ ਬਹੁਤ ਘੈਂਟ ਆ, ਜੇ ਉਹ ਦੇਖਣ ਕਰਨੀ ਵੀਡੀਓ ਉਹ ਵੀ ਹੈਗੀ ਆ। ਅਤੇ ਉਹ ਵੀ ਜਿਮ ਇਹਨਾਂ ਦਾ ਹੀ ਆ ਮਤਲਬ। ਵੀਰੋ ਆਪਾਂ ਜਿਹੜੀ ਤੁਹਾਡੇ ਨਾਲ ਗੱਲ ਕਰਾਉਣੀ ਸੀਗੀ, ਭਾਈ ਨੇ ਮੀਟ ਕਰਾਉਣੀ ਸੀ, ਉਹ ਮੀਟ ਹੋ ਚੁੱਕੀ ਆ। ਅਤੇ ਆਪਣੇ ਭਾਅ ਜੀ ਨੂੰ ਸਪੋਰਟ ਕਰਦੇ ਰਹੋ, ਇਹਦੀ ਲਾਈਕ ਸ਼ੇਅਰ ਕਰਦੇ ਰਹੋ। ਸੋ ਵਾਲੀ ਹੁਣ ਆਪਾਂ ਕੁਛ ਖਾਣ ਨੂੰ ਮੰਗਾ ਰਹੇ ਹਾਂ, ਦੇਖਦੇ ਕੀ ਤਾਂ ਵੀਰ ਹੁਣੀ ਕੁਛ ਖਾਣ ਨੂੰ ਲੈ ਕੇ ਆ ਰਹੇ ਆ, ਤਾਂ ਵੀਰੇ ਲੈ ਕੇ ਆਈ, ਠੀਕ ਹੈ। ਚਲੋ ਅੱਗੇ ਵੀਰੇ, ਬਾਬੇ ਆਪਣੀ ਚੀਜ਼ਾਂ ਆ ਚੁੱਕੀਆਂ ਨੇ, ਠੀਕ ਆ, ਆ ਗਿਆ। ਕਿੰਨੇ ਪੈਸੇ ਲਾ ਕੇ ਦੋ ਪੂਰਾ? 10 ਰੁਪਏ ਲੈ ਗਏ।
ਦਹੀਂ ਲੈ ਲਓ ਮੜੀ ਬਹੁਤ ਵਾਈਟ ਟੱਕਰ ਟੱਕਰ ਆ ਗਿਆ ਕਿੱਧਰ ਗਏ ਸੋ ਹਾਂਜੀ ਵੀਰੋ ਟਾਈਮ ਕਾਫੀ ਹੋ ਚੁੱਕਾ ਤੇ ਹੁਣ ਆਪਾਂ ਛੱਡਦੇ ਆ ਤੁਹਾਡੇ ਭਾਈ ਘਰ ਘਰ ਚੱਲਦੇ ਆ A few moments later. ਦੱਸ ਨਾ ਮਚੂਰੀਅਨ ਸੀਗੀ ਤੇ ਕੋਕ ਸੀਗੀ ਇਹ ਪੀ ਕੇ ਅਤੇ ਹੁਣ ਜਾਣਾ ਘਰ ਨੂੰ ਅਤੇ ਡੈਡੀ ਦਾ ਫੋਨ ਆ ਰਿਹਾ ਕਿ ਤੂੰ ਕਿੱਥੇ ਰਹਿ ਗਿਆ ਨਹੀਂ ਦੇਖਦਾ ਕਿਉਂਕਿ ਰਾਤ ਦੇ ਰਾਈਟ ਨਾਓ ਟਾਈਮ ਹੋ ਚੁੱਕਾ 9 ਵੱਜ ਚੁੱਕੇ ਨੇ ਮਤਲਬ 10 ਵਜਣ ਲੱਗੇ ਨੇ ਸਵੇਰੇ ਹਾਂ 10 ਵਜੇ ਲੱਗੇ ਨੇ ਹੁਣ ਚੱਲਦੇ ਘਰ ਅਤੇ ਘਰ ਦਾ ਵੀ ਦਿੰਦੇ ਸ਼ਾਇਦ ਅਤੇ ਚੱਲਦੇ ਨੇ ਟੇਕ ਕੇ ਬਾਏ ਬਾਏ ਅਤੇ ਹੁਣ ਮਿਲਦੇ ਹਾਂ ਨੈਕਸਟ ਲੋਚ ਲਵ ਯੂ ਸਾਰਿਆਂ ਨੂੰ ਚੱਕਦੇ ਕੋਈ ਹੋਰ ਚੱਕਦੇ 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 ਵੀਰੋ ਲਾਈਟਾਂ ਹੋ ਗਈਆਂ ਬੰਦ ਚੱਲੇ ਇਧਰ ਵੀ ਆਉਂਦੇ ਪੱਖੀ ਇੱਧਰ ਵਾਸ਼ਰੂਮ ਆ ਆ ਚੱਕ ਤੇਰੇ ਡੋਲੇ ਭਾਈ ਵਾਲਾ ਸ਼ੇਅਰ ਕਰੀ ਭਾਈ ਵਾਲਾ ਸ਼ੇਅਰ ਕਰੀ ਆਹ ਦੇਖੋ ਵੀਰੋ ਬੱਲੇ ਖਿੱਚ ਦੇਖ ਹਾਏ 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 ਹੁਣ ਫੋਟੋ ਖਿੱਚੀ ਨਾ ਹੁਣ ਫੋਟੋ ਖਿੱਚਣੀ ਆ